ਵਾਨਗੀ ਮੰਡਲ ਅਤੇ ਹਾਜ਼ਰੀਨ, ਮੇਰੇ ਵੱਲੋਂ ਆਪ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਮੈਂ ਪੰਜਾਬੀ ਸਾਹਿਤ ਅਕੈਡਮੀ ਬਤੌਰ ਉਹਦੀ ਮੀਤ ਪ੍ਰਧਾਨ ਹੋਣ ਦੇ ਨਾਂ 'ਤੇ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਔਰ ਮੈਂ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਵੀ ਕਰਦੀ ਹਾਂ ਹਰੀ ਸਿੰਘ ਜਾਤਕ ਜੀ ਦਾ, ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਦਾ ਆਗਾਜ਼ ਕੀਤਾ ਹੈ ਔਰ ਸਟੇਜੀ ਜਿਹੜੀ ਕਵਿਤਾ ਹੈ ਉਹਦੇ ਕਵੀ ਦਰਬਾਰ ਕਰਾਉਣੇ ਸ਼ੁਰੂ ਕੀਤੇ ਨੇ। ਤਾਂ ਮੈਂ ਅੱਜ ਕੱਲ੍ਹ ਦੇ ਹਾਲਾਤਾਂ ਬਾਰੇ ਜ਼ਰੂਰ ਗੱਲ ਕਰਾਂਗੀ, ਪਰ ਵਿਸਾਖੀ ਨੂੰ ਸਮਰਪਿਤ ਹੈ ਤਾਂ ਜ਼ਰੂਰੀ ਹੈ ਕਿ ਸਾਹਿਬੇ ਕਮਾਲ ਸਰਬੰਸ ਦਾਨੀ ਦਸਮ ਪਾਤਸ਼ਾਹ ਜੀ ਦੇ ਬਾਰੇ ਦੋ ਕੁ ਸ਼ੇਅਰ, ਉਹਨਾਂ ਦੇ ਬੱਚਿਆਂ ਬਾਰੇ। ਤੋ ਦੇਸ਼ ਹਿੱਤ ਕੁਰਬਾਨੀ ਦੇਣਾ ਸੀ ਉਹਦੇ ਕਿਰਦਾਰ ਵਿੱਚ, ਦੇਸ਼ ਹਿੱਤ ਕੁਰਬਾਨੀ ਦੇਣਾ ਸੀ ਉਹਦੇ ਕਿਰਦਾਰ ਵਿੱਚ, ਨਹੀਂ ਚੁਕਾਇਆ ਸਿਰ ਕਦੇ ਉਸ ਰਾਜ ਸੀ ਦਰਬਾਰ ਵਿੱਚ, ਦੇਸ਼ ਹਿੱਤ ਕੁਰਬਾਨੀ ਦੇਣਾ ਸੀ ਉਹਦੇ ਕਿਰਦਾਰ ਵਿੱਚ, ਨਹੀਂ ਚੁਕਾਇਆ ਸਿਰ ਕਦੇ ਉਸ ਰਾਜ ਸੀ ਦਰਬਾਰ ਵਿੱਚ, ਬੱਚਿਆਂ ਨੇ ਸੀਸ ਦਿੱਤੇ ਕੌਮ ਨੂੰ ਉਪਹਾਰ ਵਿੱਚ, ਬੱਚਿਆਂ ਨੇ ਸੀਸ ਦਿੱਤੇ ਕੌਮ ਨੂੰ ਉਪਹਾਰ ਵਿੱਚ, ਜੰਗ ਦੇ ਮੈਦਾਨ ਵਿੱਚ ਸਰਹੰਦ ਦੀ ਦੀਵਾਰ ਵਿੱਚ, ਦੇਸ਼ ਹਿੱਤ ਕੁਰਬਾਨੀ ਦੇਣਾ ਸੀ ਉਹਦੇ ਕਿਰਦਾਰ ਵਿੱਚ, ਨਹੀਂ ਚੁਕਾਇਆ ਸਿਰ ਕਦੇ ਉਸ ਰਾਜ ਸੀ ਦਰਬਾਰ ਵਿੱਚ, ਬੱਚਿਆਂ ਨੇ ਸੀਸ ਦਿੱਤੇ ਕੌਮ ਨੂੰ ਉਪਹਾਰ ਵਿੱਚ, ਜੰਗ ਦੇ ਮੈਦਾਨ ਵਿੱਚ ਸਰਹੰਦ ਦੀ ਦੀਵਾਰ ਵਿੱਚ, ਜੱਗ ਦੇ ਇਤਿਹਾਸ ਵਿੱਚ ਤਾਂ ਐਸੀ ਕੁਰਬਾਨੀ ਨਹੀਂ, ਜੱਗ ਦੇ ਇਤਿਹਾਸ ਵਿੱਚ ਤਾਂ ਐਸੀ ਕੁਰਬਾਨੀ ਨਹੀਂ, ਲਾਡਲੇ ਬੱਚਿਓ ਤੁਹਾਡਾ ਕੋਈ ਵੀ ਸਾਨੀ ਨਹੀਂ, ਲਾਡਲੇ ਬੱਚਿਓ ਤੁਹਾਡਾ ਕੋਈ ਵੀ ਸਾਨੀ ਨਹੀਂ। ਸੱਚ ਵੇਖ ਕੇ ਸੱਚ ਨਾ ਕਹਿਣਾ ਮੇਰੇ ਵੱਸ ਦੀ ਗੱਲ ਨਹੀਂ, ਸੱਚ ਵੇਖ ਕੇ ਸੱਚ ਨਾ ਕਹਿਣਾ ਮੇਰੇ ਵੱਸ ਦੀ ਗੱਲ ਨਹੀਂ, ਝੂਠ ਦੀ ਹਾਮੀ ਭਰਦੇ ਰਹਿਣਾ ਮੇਰੇ ਵੱਸ ਦੀ ਗੱਲ ਨਹੀਂ, ਸੱਚ ਵੇਖ ਕੇ ਸੱਚ ਨਾ ਕਹਿਣਾ ਮੇਰੇ ਵੱਸ ਦੀ ਗੱਲ ਨਹੀਂ, ਝੂਠ ਦੀ ਹਾਮੀ ਭਰਦੇ ਰਹਿਣਾ ਮੇਰੇ ਵੱਸ ਦੀ ਗੱਲ ਨਹੀਂ, ਰੱਬ ਨੇ ਮੈਨੂੰ ਜੀਭ ਦਿੱਤੀ ਜ਼ੁਲਮ ਵਿਰੁੱਧ ਤਾਂ ਬੋਲਾਂਗੀ, ਰੱਬ ਨੇ ਮੈਨੂੰ ਜੀਭ ਦਿੱਤੀ ਜ਼ੁਲਮ ਵਿਰੁੱਧ ਤਾਂ ਬੋਲਾਂਗੀ, ਪੱਥਰ ਬਣ ਕੇ ਚੁੱਪ ਕਰ ਬਹਿਣਾ ਮੇਰੇ ਵੱਸ ਦੀ ਗੱਲ ਨਹੀਂ। ਤੋ ਅੱਜ ਕੱਲ੍ਹ ਦੇ ਹਾਲਾਤਾਂ ਬਾਰੇ, ਉਹਨਾਂ ਹੱਥਾਂ ਪੈਰਾਂ ਅਤੇ ਬਾਹਾਂ ਨੂੰ ਰੋਕੋ, ਉਹਨਾਂ ਹੱਥਾਂ ਪੈਰਾਂ ਅਤੇ ਬਾਹਾਂ ਨੂੰ ਰੋਕੋ ਜੋ ਕੱਟਦੇ ਬਿਰਖ ਦੀਆਂ ਛਾਵਾਂ ਨੂੰ ਰੋਕੋ, ਕਿਤੇ ਮੌਤ ਹੋ ਜਾਏ ਨਾ ਰੋਸ਼ਨੀ ਦੀ, ਕਿਤੇ ਮੌਤ ਹੋ ਜਾਏ ਨਾ ਰੋਸ਼ਨੀ ਦੀ, ਨਾ ਬੁੱਝ ਜਾਏ ਦੀਵਾ ਹਵਾਵਾਂ ਨੂੰ ਰੋਕੋ। ਤੋ ਹਵਾਵਾਂ ਤੋਂ ਭਾਵ ਰਾਜਸੀ ਹਵਾਵਾਂ ਤੋਂ ਵੀ ਹੈ ਅਤੇ ਮੌਸਮੀ ਹਵਾਵਾਂ ਤੋਂ ਹੈ। ਤੋ ਦੇਖਣਾ ਹਵਾਵਾਂ ਨੂੰ ਆਖੋ ਉਹ ਸਾਜਿਸ਼ ਕਰਨ ਨਾ, ਹਵਾਵਾਂ ਨੂੰ ਆਖੋ ਉਹ ਸਾਜਿਸ਼ ਕਰਨ ਨਾ ਅਤੇ ਚੱਕਰ ਦੇ ਹੱਕ ਵਿੱਚ ਹਾਮੀ ਭਰਨ ਨਾ, ਹਵਾਵਾਂ ਨੂੰ ਆਖੋ ਉਹ ਸਾਜਿਸ਼ ਕਰਨ ਨਾ ਅਤੇ ਚੱਕਰ ਦੇ ਹੱਕ ਵਿੱਚ ਹਾਮੀ ਭਰਨ ਨਾ, ਉਹ ਬਣ ਕੇ ਹਨੇਰੀ ਕਿਤੇ ਵੀ ਨਾ ਜਾਵਾਂ, ਉਹ ਬਣ ਕੇ ਹਨੇਰੀ ਕਿਤੇ ਵੀ ਨਾ ਜਾਵਣ, ਉਹਨਾਂ ਦੀਆਂ ਤਿੱਖੀਆਂ ਅਦਾਵਾਂ ਨੂੰ ਰੋਕੋ। ਤੋ ਸ਼ੇਰ ਹੈ, ਧਿਆਨ ਨਾਲ ਸੁਣਾ, ਜਿਨ੍ਹਾਂ ਨੂੰ ਸੀ ਉਹਨਾਂ ਨੇ ਜੰਮਿਆ ਖਿਡਾਇਆ ਪੜ੍ਹਾਇਆ ਲਿਖਾਇਆ ਅਤੇ ਕੰਮ 'ਤੇ ਲਗਾਇਆ, ਜਿਨ੍ਹਾਂ ਨੂੰ ਸੀ ਉਹਨਾਂ ਨੇ ਜੰਮਿਆ ਖਿਡਾਇਆ ਪੜ੍ਹਾਇਆ ਲਿਖਾਇਆ ਅਤੇ ਕੰਮ 'ਤੇ ਲਗਾਇਆ, ਉਹ ਵੰਡ ਲੈਣ ਦੌਲਤ, ਉਹ ਵੰਡ ਲੈਣ ਦੌਲਤ ਜ਼ਮੀਨਾਂ ਵੀ ਵੰਡਣ, ਉਹ ਵੰਡ ਲੈਣ ਦੌਲਤ ਜ਼ਮੀਨਾਂ ਵੀ ਵੰਡਣ, ਉਹ ਵੰਡਣ ਨਾ ਮਾਪੇ ਭਰਾਵਾਂ ਨੂੰ ਰੋਕੋ।
ਜਿਨ੍ਹਾਂ ਨੂੰ ਸੀ ਉਹਨਾਂ ਨੇ ਜੰਮਿਆ ਖਿਡਾਇਆ ਪੜ੍ਹਾਇਆ ਲਿਖਾਇਆ ਅਤੇ ਕੰਮ 'ਤੇ ਲਗਾਇਆ। ਉਹ ਵੰਡ ਲੈਣ ਦੌਲਤ ਜ਼ਮੀਨਾਂ ਵੀ ਵੰਡਣ, ਉਹ ਵੰਡਣ ਨਾ ਮਾਪੇ ਭਰਾਵਾਂ ਨੂੰ ਰੋਕੋ ਅਤੇ ਸ਼ੇਅਰ ਦੇਖਣਾ। ਹੈ ਦੌਲਤ ਬਥੇਰੀ ਖੁਸ਼ੀ ਪਰ ਨਾ ਮਿਲਦੀ, ਹੈ ਦੌਲਤ ਬਥੇਰੀ ਖੁਸ਼ੀ ਪਰ ਨਾ ਮਿਲਦੀ, ਹਵਾ ਬਿਨ ਤਾਂ ਕੋਈ ਵੀ ਟਾਣੀ ਨਾ ਹਿਲਦੀ। ਹੈ ਦੌਲਤ ਬਥੇਰੀ ਖੁਸ਼ੀ ਪਰ ਨਾ ਮਿਲਦੀ, ਹਵਾ ਬਿਨ ਤਾਂ ਕੋਈ ਵੀ ਟਾਣੀ ਨਾ ਹਿਲਦੀ। ਜੇ ਚਾਹੁੰਦੇ ਹੋ ਜੀਵਨ 'ਚ ਸੁੱਖ ਚੈਨ ਤਾਂ ਫਿਰ, ਜੇ ਚਾਹੁੰਦੇ ਹੋ ਜੀਵਨ 'ਚ ਸੁੱਖ ਚੈਨ ਤਾਂ ਫਿਰ ਜ਼ਰੂਰਤ ਤੋਂ ਵਾਧੂ ਇੱਛਾਵਾਂ ਨੂੰ ਰੋਕੋ। ਜੇ ਦੇਖੋ ਅਮੀਰੀ ਗਰੀਬੀ ਦਾ ਦੁਬਾਰਾ ਪੜ੍ਹਾਂਗੇ। ਹੈ ਦੌਲਤ ਬਥੇਰੀ ਖੁਸ਼ੀ ਪਰ ਨਾ ਮਿਲਦੀ, ਹੈ ਦੌਲਤ ਬਥੇਰੀ ਖੁਸ਼ੀ ਪਰ ਨਾ ਮਿਲਦੀ, ਹਵਾ ਬਿਨ ਤਾਂ ਕੋਈ ਵੀ ਟਾਣੀ ਨਾ ਹਿਲਦੀ। ਜੇ ਚਾਹੁੰਦੇ ਹੋ ਜੀਵਨ 'ਚ ਸੁੱਖ ਚੈਨ ਤਾਂ ਫਿਰ ਜ਼ਰੂਰਤ ਤੋਂ ਵਾਧੂ ਇੱਛਾਵਾਂ ਨੂੰ ਰੋਕੋ। ਤੋ ਸ਼ੇਰ ਦੇਖਣਾ ਮੇਰੀ ਗਰੀਬੀ ਦਾ ਜੋ ਪਾੜਾ ਪੈ ਰਿਹਾ। ਜਿਵੇਂ ਤਪਦੇ ਥੱਲੇ ਹੈ ਪਾਣੀ ਜ਼ਰੂਰੀ, ਜਿਵੇਂ ਤਪਦੇ ਥੱਲੇ ਹੈ ਪਾਣੀ ਜ਼ਰੂਰੀ, ਤਿਹਾਏ ਦਿੱਤੇ ਵੀ ਬੁਝਾਉਣੀ ਜ਼ਰੂਰੀ। ਜਿਵੇਂ ਤਪਦੇ ਥੱਲੇ ਹੈ ਪਾਣੀ ਜ਼ਰੂਰੀ, ਤਿਹਾਏ ਦਿੱਤੇ ਵੀ ਬੁਝਾਉਣੀ ਜ਼ਰੂਰੀ। ਬਜਾਏ ਥਲਾਂ ਦੇ ਜੋ ਸਾਗਰ 'ਤੇ ਵਸਣ, ਬਜਾਏ ਥਲਾਂ ਦੇ ਜੋ ਸਾਗਰ 'ਤੇ ਵਸਣ, ਅਜਿਹੀਆਂ ਬੇਮਤਲਬ ਘਟਾਵਾਂ ਨੂੰ ਰੋਕੋ। ਬਣਾਉਣਾ ਜੇ ਚਾਹੁੰਦੇ ਹਾਂ ਸੰਸਾਰ ਸੋਹਣਾ, ਬਣਾਉਣਾ ਜੇ ਚਾਹੁੰਦੇ ਹਾਂ ਸੰਸਾਰ ਸੋਹਣਾ, ਇਹ ਫੁੱਲਾਂ ਅਤੇ ਕਲੀਆਂ ਦਾ ਗੁਲਜ਼ਾਰ ਸੋਹਣਾ। ਬਣਾਉਣਾ ਜੇ ਚਾਹੁੰਦੇ ਹਾਂ ਸੰਸਾਰ ਸੋਹਣਾ, ਇਹ ਫੁੱਲਾਂ ਅਤੇ ਕਲੀਆਂ ਦਾ ਗੁਲਜ਼ਾਰ ਸੋਹਣਾ। ਸਲਾਮਤ ਜੇ ਮਹਿਕਾਂ ਨੂੰ ਕੁੱਖ ਵਿੱਚ ਰੱਖਣਾ, ਸਲਾਮਤ ਜੇ ਰੱਖਣਾ ਹੈ ਮਹਿਕਾਂ ਨੂੰ ਕੁੱਖ ਵਿੱਚ, ਤਾਂ ਕੁੜੀਆਂ ਨੂੰ ਕੁਚਲਣ ਤੋਂ ਮਾਵਾਂ ਨੂੰ ਰੋਕ। ਤੋ ਅਖੀਰਲਾ ਬੰਦ ਹੈ, ਮੁਕਤਾ ਪੇਸ਼ ਕਰ ਰਹੀ ਹਾਂ। ਜਵਾਨੀ ਅਸਾਡੀ ਹੈ ਪੈ ਗਈ ਕੁਰਾਏ, ਜਵਾਨੀ ਅਸਾਡੀ ਹੈ ਪੈ ਗਈ ਕੁਰਾਏ, ਉਹ ਨਸ਼ਿਆਂ ਦੀ ਦਲ ਦਲ 'ਚ ਧੱਸਦੀ ਹੀ ਜਾਏ। ਜਵਾਨੀ ਅਸਾਡੀ ਹੈ ਪੈ ਗਈ ਕੁਰਾਏ, ਉਹ ਨਸ਼ਿਆਂ ਦੀ ਦਲ ਦਲ 'ਚ ਧੱਸਦੀ ਹੀ ਜਾਏ। ਬਚਾਉਣਾ ਜੇ ਕੋਚਰ ਭਵਿੱਖ ਪੀੜ੍ਹੀਆਂ ਦਾ, ਬਚਾਉਣਾ ਜੇ ਕੋਚਰ ਭਵਿੱਖ ਪੀੜ੍ਹੀਆਂ ਦਾ, ਤਾਂ ਵਿਕ ਰਹੀਆਂ ਥਾਂ ਥਾਂ ਬਲਾਵਾਂ ਨੂੰ ਰੋਕੋ। ਉਹਨਾਂ ਹੱਥਾਂ ਪੈਰਾਂ ਅਤੇ ਬਾਹਾਂ ਨੂੰ ਰੋਕੋ ਜੋ ਕੱਟਦੇ ਬਿਰਖ ਦੀਆਂ ਛਾਵਾਂ ਨੂੰ ਰੋਕੋ। ਕਿਤੇ ਮੌਤ ਹੋ ਜਾਏ ਨਾ ਰੋਸ਼ਨੀ ਦੀ, ਨਾ ਬੁੱਝ ਜਾਏ ਦੀਵਾ, ਹਵਾਵਾਂ ਨੂੰ ਰੋਕੋ। ਸ਼ੁਕਰੀਆ। ਇਹ ਸਨ ਡਾਕਟਰ ਗੁਰਚਰਨ ਕੌਰ ਜੀ ਕੋਚਰ, ਬੜੇ ਅੱਛੇ ਮੈਸੇਜ ਕਵਿਤਾ ਰਾਹੀਂ ਦੇ ਗਏ ਨੇ। ਜ਼ਿੰਦਗੀ ਵਿੱਚ ਜ਼ਿੰਦਗੀ ਨੂੰ ਪਿਆਰ ਕਰਨਾ ਸਿੱਖੀਏ, ਪਿਆਰ ਕਰੀਏ, ਪਿਆਰ ਦਾ ਇਜ਼ਹਾਰ ਕਰਨਾ ਸਿੱਖੀਏ।